ਮੁੜ ਆਇਆ ਕ੍ਰਾਈਮ ਦਾ ਕਾਲਾ ਦੌਰ। ਪੁਲਿਸ ਨੇ ਅਪਰਾਧਕ ਸ਼ਖਸ ਨੂੰ ਰੱਖਿਆ ਮੁਖਬਿਰ। ਅਪਰਾਧਕ ਸ਼ਖਸ ਦੀ ਮੌਤ, ਪਰਿਵਾਰ ਦਾ ਇਲਜ਼ਾਮ। ਕਿ ਹੁਣ ਪੁਲਿਸ ਕ੍ਰਿਮੀਨਲਸ ਤੋਂ ਮੁਖਬਰੀ ਕਰਵਾ ਰਹੀ ਹੈ, ਕਿ ਹੁਣ ਪੁਲਿਸ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਕੋਲੋਂ ਮੁਖਬਰੀ ਕਰਵਾ ਰਹੀ ਹੈ, ਕਿ ਹੁਣ ਪੁਲਿਸ ਲਾਸ਼ ਵੇਖ ਕੇ ਮੌਕੇ ਤੋਂ ਭੱਜ ਜਾਂਦੀ ਹੈ। ਜੀ ਹਾਂ, ਇਹ ਇਲਜ਼ਾਮ ਬੇਹੱਦ ਗੰਭੀਰ ਨੇ ਅਤੇ ਇਹ ਇਲਜ਼ਾਮ ਇੱਕ ਪਰਿਵਾਰ ਦੇ ਵੱਲੋਂ ਲਗਾਏ ਜਾ ਰਹੇ ਨੇ। ਇਹ ਮਾਮਲਾ ਇਸ ਲਈ ਵੀ ਵੱਡਾ ਹੋ ਜਾਂਦਾ ਹੈ ਕਿਉਂਕਿ ਇਹਨਾਂ ਇਲਜ਼ਾਮਾਂ 'ਤੇ ਹਾਲੇ ਤੱਕ ਪੁਲਿਸ ਨੇ ਚੁੱਪੀ ਤਾਰੀ ਹੋਈ ਹੈ। ਪੂਰਾ ਮਾਮਲਾ ਕੀ ਹੈ ਇਸ ਰਿਪੋਰਟ 'ਚ ਵੇਖੋ। ਹੱਥ 'ਚ ਚੂੜਾ, ਹੋ ਰਿਹਾ ਗਰਲਾ। ਹਾਲੇ ਤਾਂ ਹੱਥਾਂ 'ਚੋਂ ਚੂੜਾ ਵੀ ਨਹੀਂ ਸੀ ਲੱਥਿਆ, ਵਿਆਹ ਦੇ ਚਾਅ ਵੀ ਨਹੀਂ ਸੀ ਲੱਥੇ, ਪਰ ਪਹਿਲਾਂ ਹੀ ਉਸਦੇ ਘਰ ਵਾਲੇ ਦਾ ਕਤਲ ਕਰ ਦਿੱਤਾ ਗਿਆ। ਰੋਂਦੀ ਕੁਰਲਾਉਂਦੀ ਹਸਪਤਾਲ ਦੇ ਬਾਹਰ ਬੈਠੀ ਪੁਲਿਸ ਨੂੰ ਕੋਸ ਰਹੀ ਹੈ ਅਤੇ ਉਸ ਇੰਸਪੈਕਟਰ ਦਾ ਨਾਮ ਵੀ ਲੈ ਰਹੀ ਹੈ ਜਿਸ ਨੂੰ ਇਹ ਆਪਣੇ ਘਰ ਵਾਲੇ ਦੀ ਮੌਤ ਦੀ ਵਜ੍ਹਾ ਮੰਨਦੀ ਹੈ। ਹੈਰਾਨ ਕਰ ਦੇਵੇਗਾ, ਉਹ ਸੱਚ ਤੁਹਾਨੂੰ ਪਰੇਸ਼ਾਨ ਕਰ ਦੇਵੇਗਾ, ਕਿਧਰੇ ਨਾ ਕਿਧਰੇ ਤੁਹਾਨੂੰ 90 ਦਾ ਦੌਰ ਵੀ ਯਾਦ ਕਰਵਾ ਦੇਵੇਗਾ। ਮਾਮਲੇ 'ਚ ਅੱਗੇ ਵਧੀਏ, ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਪੁਲਿਸ ਨੇ ਡੇਰਾ ਬਾਬਾ ਨਾਨਕ ਵਾਸੀ ਸੰਦੀਪ ਸਿੰਘ ਸ਼ੇਰੂ ਨੂੰ ਗ੍ਰਿਫਤਾਰ ਕੀਤਾ ਸੀ, ਉਹ ਵੀ UAPA ਦੀ ਧਾਰਾ ਦੇ ਤਹਿਤ, ਜਿਸ ਦਾ ਖੁਲਾਸਾ ਪਿਛਲੇ ਮਹੀਨੇ ਖੁਦ ਇਸ ਨੌਜਵਾਨ ਨੇ ਵੀਡੀਓ ਬਣਾ ਕੇ ਕੀਤਾ ਸੀ। ਵੀਡੀਓ ਮੁਤਾਬਕ ਪੁਲਿਸ ਨੇ ਇਸ ਨੂੰ ਹਿਰਾਸਤ 'ਚ ਲਿਆ, ਪੁੱਛਗਿੱਛ ਕੀਤੀ ਅਤੇ ਹੈਪੀ ਪਾਸ਼ੀਆ ਨਾਮਕ ਗੈਂਗਸਟਰ ਦੇ ਨਾਲ ਸੰਪਰਕ 'ਚ ਹੋਣ ਦੀ ਗੱਲ ਸਾਹਮਣੇ ਆਈ। ਉਸ ਤੋਂ ਗੈਂਗਸਟਰ ਹੈਪੀ ਪਾਸ਼ੀਆ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਪਹਿਲਾਂ ਪਤਾ ਲਾਉਣ ਦੇ ਲਈ ਰੱਖਿਆ ਗਿਆ ਸੀ। ਸੰਦੀਪ ਸ਼ੇਰੂ ਨੇ ਪਿਛਲੇ ਮਹੀਨੇ ਜਾਰੀ ਕੀਤੀ ਗਈ ਵੀਡੀਓ 'ਚ ਇਹ ਵੀ ਦੱਸਿਆ ਕਿ ਗੈਂਗਸਟਰ ਹੈਪੀ ਪਾਸ਼ੀਆ ਦੇ ਨਿਸ਼ਾਨੇ 'ਤੇ ਸੀ ਅੰਮ੍ਰਿਤਸਰ ਦਿਹਾਤੀ ਦੇ SSP ਸਤਿੰਦਰ ਪਾਲ। ਸਾਡੇ ਇੱਥੇ ਬੜਾ ਰੌਲਾ ਚੱਲ ਰਿਹਾ ਵਾ ਹੈਪੀ ਪਾਸ਼ੀਆਂ ਨੂੰ ਲੈ ਕੇ। ਉਹ ਇਹਨਾਂ ਦਾ ਇੱਕ SSP ਸਾਹਿਬ ਨੇ ਅੰਮ੍ਰਿਤਸਰ ਦੇ ਵਿੱਚ ਸਤਿੰਦਰ ਸੈਣੀ, ਉਹਨਾਂ ਦੇ ਨਾ ਟਾਰਗੇਟ ਕਰਨਾ ਚਾਹੁੰਦੇ ਸੀ ਬੰਦੇ, ਉਹਨਾਂ ਨੂੰ ਟਾਰਗੇਟ ਕਿਸ ਤਰੀਕੇ ਨਾਲ ਕਰਨਾ ਚਾਹੁੰਦੇ ਸੀ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਵਾਲੇ ਕੇਸ ਵਿੱਚ ਜਾਂ ਕੋਈ ਹੋਰ ਲਾ ਲਓ ਪਿਛਲੇ ਪੁਰਾਣੇ ਕੋਈ ਹੋਊਗੀ ਉਹਨਾਂ ਦੀ ਗੱਲਬਾਤ ਉਹਦੇ ਵਿੱਚ ਕਰਨਾ ਚਾਹੁੰਦੇ ਸੀ। ਚਲੋ ਮੈਂ ਉਹਦੇ ਵਿੱਚ ਇਹਨਾਂ ਨੂੰ ਦੱਸ ਵੀ ਦਿੱਤਾ ਕਿ ਇੱਦਾਂ ਇੱਦਾਂ ਉਹ ਉਹਨਾਂ ਨੂੰ ਨਾ ਕਰਨਾ ਚਾਹੁੰਦੇ, ਟਾਰਗੇਟ ਕਰਨਾ ਚਾਹੁੰਦੇ ਆ, ਸਤਿੰਦਰ ਸਰ ਨੂੰ ਟਾਰਗੇਟ ਕਰਨਾ ਚਾਹੁੰਦੇ ਆ, ਅਤੇ ਉਹਦੇ ਵਿੱਚ ਇਹਨਾਂ ਨੇ ਨਾ ਮੈਨੂੰ ਹਰੈਸ਼ ਕਰਨਾ ਚਾਲੂ ਕਰਤਾ। ਯਾਰ ਮੈਂ ਤੁਹਾਨੂੰ ਦੱਸ ਰਿਹਾ ਵਾਂ, ਇੱਕ ਤੁਹਾਡੀ ਹੈਲਪ ਕਰ ਰਿਹਾ ਵਾਂ, ਪ੍ਰਸ਼ਾਸਨ ਦੇ ਨਾਲ ਮੈਂ ਤੁਰ ਰਿਹਾ ਵਾਂ। ਪਰਿਵਾਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜਿਹੜੇ ਇੰਸਪੈਕਟਰ ਅਤੇ ਪੁਲਿਸ ਮੁਲਾਜ਼ਮ ਇਸ ਨੂੰ ਲੈ ਕੇ ਗਏ ਸਨ ਉਹਨਾਂ ਦਾ ਵੀ ਇਸੇ ਤਰ੍ਹਾਂ ਕਤਲ ਹੋ ਜਾਣਾ ਚਾਹੀਦਾ। ਇੰਸਪੈਕਟਰ
ਰਮਨਦੀਪ ਸਿੰਘ ਰੰਧਾਵਾ ਤੇ ਕੁਛ ਪ੍ਰੀਤ ਸਾਰੇ ਰਲੇ ਲੈ ਗਏ। ਅਸੀਂ ਪ੍ਰਗਿਆ ਜੈਨ ਮੈਮ ਨੇ ਵੀ ਇਹਨਾਂ ਦਾ ਪਹਿਲਾ ਕੇਸ ਉਹਦੇ ਕੋਈ ਉਹਦੇ ਟ੍ਰਾਂਸਫਰ ਹੋ ਗਿਆ। ਇਹ ਸਾਂਭਣ ਦੇ ਮੰਗਰੋ ਅਖੀਰਲਾ ਮਿਸ਼ਨ ਸਾਬਤ ਹੋਵੇਗਾ। ਉਹ ਹੁਣ ਕੰਮ ਹੀ ਥੋੜਾ ਇਦਾਂ ਦਾ ਕੋਈ ਨੀ, ਮੈਂ ਬਾਅਦ ਤੁਹਾਨੂੰ ਸਮਝਾਵਾਂਗਾ ਜੀ ਸਾਰਾ। ਠੀਕ ਹੈ ਜੀ, ਬਾਅਦ ਚੋਂ ਤੁਹਾਡੀ ਕਰਾਵਾਂਗਾ ਜੀ ਸਾਹਿਬ ਨਾਲ, ਗੱਲ ਇੰਸਪੈਕਟਰ ਸਾਹਿਬ ਨਾਲ। ਠੀਕ ਹੈ, ਕਰਾ ਦਿਓ ਕਰਾ ਦਿਓ। ਠੀਕ ਜੀ, ਹਾਂਜੀ, ਬਸ ਇੱਧਰੋਂ ਹੋ ਲੈਂਦੋ ਮੈਨੂੰ ਫ੍ਰੀ। ਠੀਕ ਹੈ, ਠੀਕ ਜੀ, ਠੀਕ ਹੈ ਬਾ। ਬਸ ਆਪਾਂ ਇੱਧਰ ਆਏ ਮਾੜਾ ਜਿਹਾ ਪਿੰਡਾਂ ਵਾਲੀ ਸਾਈਡ। ਅੱਛਾ, ਤੇ ਇੱਧਰੋਂ ਹੋ ਕੇ ਫ੍ਰੀ ਜਦੋਂ ਵੀ ਹੋ ਜਾਂਦਾ ਹੋਣਾ ਫ੍ਰੀ, ਫਿਰ ਤੁਹਾਨੂੰ ਮੈਂ ਕਰਦਾ ਕਾਲ। ਠੀਕ ਜੀ, ਠੀਕ ਹੈ ਬਾ, ਜ਼ਰੂਰ ਕਰਨੀ। ਤੇ ਅਰਦਾਸ ਕਰਿਓ ਮਹਾਰਾਜ ਸੱਚੇ ਪਾਤਸ਼ਾਹ ਸਭ ਕੁਝ ਠੀਕ। ਸ਼ੇਰੂ ਪੁਲਿਸ ਦੇ ਲਈ ਮੁਖਬਰੀ ਕਰਦਾ ਸੀ, ਇਸ ਗੱਲ ਦਾ ਦਾਅਵਾ ਪਰਿਵਾਰ ਵੀ ਕਰ ਰਿਹਾ, ਸ਼ੇਰੂ ਖੁਦ ਵੀ ਕਰ ਰਿਹਾ। ਇਸ ਦੀ ਪੁਸ਼ਟੀ ਇਸ ਨੂੰ ਮਾਰਨ ਵਾਲੇ ਗੈਂਗਸਟਰ ਹੈਪੀ ਪਾਸ਼ੀਆ ਨੇ ਵੀ ਕਰ ਦਿੱਤੀ ਹੈ। ਕਤਲ ਕਰਨ ਤੋਂ ਬਾਅਦ ਹੈਪੀ ਪਾਸ਼ੀਆ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਅਤੇ ਕਿਹਾ ਕਿ ਪੁਲਿਸ ਦੇ ਡੌਟ ਯਾਨੀ ਸ਼ੇਰੂ ਨੂੰ ਅਸੀਂ ਮਾਰ ਦਿੱਤਾ। ਪੁਲਿਸ ਲਈ ਮੁਖਬਰੀ ਕਰਨ ਦੇ ਇਲਜ਼ਾਮ, ਗੈਂਗਸਟਰ ਦੀ ਪੋਸਟ, ਪਰ ਪੁਲਿਸ ਨੇ ਇਸ ਮਾਮਲੇ 'ਤੇ ਬੋਲਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ। ਪੁਲਿਸ ਨੇ ਤਾਂ ਜਾਂਚ ਦਾ ਹਵਾਲਾ ਦੇ ਕੇ ਚੁੱਪ ਵੱਟ ਲਈ ਹੈ, ਪਰ ਇਸ ਨੌਜਵਾਨ ਦਾ ਜੇ ਇਸ 'ਤੇ ਮਾਮਲਾ ਦਰਜ ਸੀ ਤੇ ਇਸ ਦਾ ਗੈਂਗਸਟਰ ਨਾਲ ਸੰਪਰਕ ਕਿਉਂ ਕਰਵਾਇਆ ਗਿਆ? ਪਰਿਵਾਰ ਮੁਤਾਬਕ ਜੇਕਰ ਇਹ ਪੁਲਿਸ ਨਾਲ ਸੀ ਤਾਂ ਇਸ ਦਾ ਕਤਲ ਕਿਵੇਂ ਹੋਇਆ? ਇਹ ਸਵਾਲ ਬਰਕਰਾਰ ਨੇ। ਸ਼ੇਰੂ ਦੇ ਇਲਜ਼ਾਮ, ਸ਼ੇਰੂ ਦੇ ਪਰਿਵਾਰ ਦੇ ਇਲਜ਼ਾਮ, ਗੈਂਗਸਟਰ ਦੀ ਪੋਸਟ ਤੇ ਪੁਲਿਸ ਦੀ ਚੁੱਪੀ ਬਹੁਤ ਕੁਝ ਬਿਆਨ ਕਰ ਰਹੀ ਹੈ, ਪਰ ਗੱਲ ਬਰਕਰਾਰ ਹੈ ਸਿਰਫ ਉਸੇ ਸਵਾਲੀਆ ਨਿਸ਼ਾਨ 'ਤੇ, ਇਲਜ਼ਾਮਾਂ 'ਤੇ, ਪੋਸਟ 'ਤੇ ਅਤੇ ਪੁਲਿਸ ਦੀ ਚੁੱਪੀ 'ਤੇ। ਪੀ ਟੀ ਸੀ ਨਿਊਜ਼ ਦਿੱਲੀ ਅਜਨਾਲਾ ਤੋਂ ਵਰਿੰਦਰ ਸ਼ਰਮਾ ਦੀ ਰਿਪੋਰਟ।